ਸਾਰੇ ਸਮਰਥਕ ਹੀ ਨੇ ਆਈ ਥਿੰਕ ਕਾਂਗਰਸ ਨਾਲ ਜੁੜੇ ਹੋਏ ਨੇ, ਬਹੁਤ ਹੀ ਵਧੀਆ ਹੁੰਗਾਰਾ ਮਿਲ ਰਿਹਾ। ਪਿੰਡ ਪਿੰਡ ਜਾ ਰਹੇ ਹਾਂ ਜੀ, ਬਹੁਤ ਵਧੀਆ ਲੱਗ ਰਿਹਾ, ਬਟ ਉੱਤੋਂ ਇਹ ਵੀ ਪਤਾ ਚੱਲ ਰਿਹਾ ਕਿ ਆਪ ਸਰਕਾਰ ਨੇ ਇੱਥੇ ਕੋਈ ਵੀ ਕੰਮ ਨਹੀਂ ਕੀਤੇ ਹੈ, ਜਿਹਦਾ ਮਤਲਬ ਅਸੀਂ ਪ੍ਰਚਾਰ ਕਰ ਰਹੇ ਹਾਂ ਅਤੇ ਕਿਉਂਕਿ ਉਹਨਾਂ ਨੇ ਕੋਈ ਕੰਮ ਨਹੀਂ ਕੀਤੇ, ਕਾਂਗਰਸ ਨੂੰ ਵੱਧ ਤੋਂ ਵੱਧ ਇੱਥੇ ਜਿੱਤ ਕੇ ਵੀ ਜਾਣਾ ਚਾਹੀਦਾ ਵੋਟਾਂ ਨਾਲ। ਲੋਕਾਂ ਨੂੰ ਜੀ ਇਹੀ ਅਪੀਲ ਕਰਨਾ ਚਾਹਾਂਗੇ, ਤੁਸੀਂ 2.5 ਸਾਲ ਆਪ ਸਰਕਾਰ ਦੀ ਵਰਕਿੰਗ ਦੇਖ ਲਈ ਹੈ, ਸੂਝ ਬੂਝ ਨਾਲ ਦੇਖੋ ਤੁਹਾਡੇ ਕਿੰਨੇ ਕੰਮ ਹੋਏ ਨੇ, ਤੁਹਾਡੇ MLA ਕਦੇ ਮੈਂ ਤਾਂ ਸੁਣਿਆ ਮੁੜ ਕੇ ਵੀ ਨਹੀਂ ਆਏ, ਕੰਮ 'ਚ ਰੋਕ ਹੀ ਪਈਆਂ। ਤਾਰੀ ਕਾਂਗਰਸ ਨੂੰ ਇੱਕ ਮੌਕਾ ਦਿਓ, ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਮੌਕਾ ਦਿਓ, ਇੱਕ ਬੁਲੰਦ ਆਵਾਜ਼ ਹੈ ਉਹਨਾਂ ਨੂੰ ਪਾਰਲੀਮੈਂਟ ਤੱਕ ਪਹੁੰਚਾਓ ਜੀ। ਧੂਰੀ ਸ਼ਹਿਰ ਚ ਹਰੇਕ ਮਤਲਬ ਇੱਥੇ ਸੜਕਾਂ ਦੀ ਕਿੰਨੀ ਦੀ ਪ੍ਰੋਬਲਮ ਹੈ, ਸੀਵਰੇਜ ਨਹੀਂ ਪਏ ਅੱਧੇ ਥਾਵਾਂ 'ਚ, ਪਾਣੀ ਦੀ ਅਜੇ ਵੀ ਜੀ ਦਿੱਕਤ ਹੈ ਅਤੇ ਪੁੱਲ ਦੀ ਪ੍ਰੋਬਲਮ ਹੈ, ਅਤੇ ਆਪ CM ਭਗਵੰਤ ਮਾਨ ਜੀ ਦਾ ਗੜ ਹੈ ਜੀ, ਜੇ ਇੱਥੇ ਹੀ ਨਹੀਂ ਕੰਮ ਹੋਏ ਤਾਂ ਹੋਰ ਤਾਂ ਸੰਗਰੂਰ ਬਾਰੇ ਅਸੀਂ ਕੀ ਹੀ ਕਹੀਏ ਜੀ। ਬਹੁਤ ਵਧੀਆ ਜੀ, ਸਾਰੇ ਸਮਰਥਕ ਹੀ ਨੇ ਆਈ ਥਿੰਕ ਕਾਂਗਰਸ ਨਾਲ ਜੁੜੇ ਹੋਏ ਨੇ, ਬਹੁਤ ਹੀ ਵਧੀਆ ਹੁੰਗਾਰਾ ਮਿਲ ਰਿਹਾ। ਪਿੰਡ ਪਿੰਡ ਜਾ ਰਹੇ ਹਾਂ ਜੀ, ਬਹੁਤ ਵਧੀਆ ਲੱਗ ਰਿਹਾ, ਬਟ ਉੱਤੋਂ ਇਹ ਵੀ ਪਤਾ ਚੱਲ ਰਿਹਾ ਕਿ ਆਪ ਸਰਕਾਰ ਨੇ ਇੱਥੇ ਕੋਈ ਵੀ ਕੰਮ ਨਹੀਂ ਕੀਤੇ ਹੈ, ਜਿਹਦਾ ਮਤਲਬ ਅਸੀਂ ਪ੍ਰਚਾਰ ਕਰ ਰਹੇ ਹਾਂ ਅਤੇ ਕਿਉਂਕਿ ਉਹਨਾਂ ਨੇ ਕੋਈ ਕੰਮ ਨਹੀਂ ਕੀਤੇ, ਕਾਂਗਰਸ ਨੂੰ ਵੱਧ ਤੋਂ ਵੱਧ ਇੱਥੇ ਜਿੱਤ ਕੇ ਵੀ ਜਾਣਾ ਚਾਹੀਦਾ ਵੋਟਾਂ ਨਾਲ। ਲੋਕਾਂ ਨੂੰ ਜੀ ਇਹੀ ਅਪੀਲ ਕਰਨਾ ਚਾਹਾਂਗੇ, ਤੁਸੀਂ 2.5 ਸਾਲ ਆਪ ਸਰਕਾਰ ਦੀ ਵਰਕਿੰਗ ਦੇਖ ਲਈ ਹੈ, ਸੂਝ ਬੂਝ ਨਾਲ ਦੇਖੋ ਤੁਹਾਡੇ ਕਿੰਨੇ ਕੰਮ ਹੋਏ ਨੇ, ਤੁਹਾਡੇ MLA ਕਦੇ ਮੈਂ ਤਾਂ ਸੁਣਿਆ ਮੁੜ ਕੇ ਵੀ ਨਹੀਂ ਆਏ, ਕੰਮ 'ਚ ਰੋਕ ਹੀ ਪਈਆਂ। ਤਾਰੀ ਕਾਂਗਰਸ ਨੂੰ ਇੱਕ ਮੌਕਾ ਦਿਓ, ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਮੌਕਾ ਦਿਓ, ਇੱਕ ਬੁਲੰਦ ਆਵਾਜ਼ ਹੈ ਉਹਨਾਂ ਨੂੰ ਪਾਰਲੀਮੈਂਟ ਤੱਕ ਪਹੁੰਚਾਓ ਜੀ। ਧੂਰੀ ਸ਼ਹਿਰ ਚ ਹਰੇਕ ਮਤਲਬ ਇੱਥੇ ਸੜਕਾਂ ਦੀ ਕਿੰਨੀ ਦੀ ਪ੍ਰੋਬਲਮ ਹੈ, ਸੀਵਰੇਜ ਨਹੀਂ ਪਏ ਅੱਧੇ ਥਾਵਾਂ 'ਚ, ਪਾਣੀ ਦੀ ਅਜੇ ਵੀ ਜੀ ਦਿੱਕਤ ਹੈ ਅਤੇ ਪੁੱਲ ਦੀ ਪ੍ਰੋਬਲਮ ਹੈ, ਅਤੇ ਆਪ CM ਭਗਵੰਤ ਮਾਨ ਜੀ ਦਾ ਗੜ ਹੈ ਜੀ, ਜੇ ਇੱਥੇ ਹੀ ਨਹੀਂ ਕੰਮ ਹੋਏ ਤਾਂ ਹੋਰ ਤਾਂ ਸੰਗਰੂਰ ਬਾਰੇ ਅਸੀਂ ਕੀ ਹੀ ਕਹੀਏ ਜੀ। ਬਹੁਤ ਵਧੀਆ ਜੀ, ਸਾਰੇ ਸਮਰਥਕ ਹੀ ਨੇ ਆਈ ਥਿੰਕ ਕਾਂਗਰਸ ਨਾਲ ਜੁੜੇ ਹੋਏ ਨੇ, ਬਹੁਤ ਹੀ ਵਧੀਆ ਹੁੰਗਾਰਾ ਮਿਲ ਰਿਹਾ। ਪਿੰਡ ਪਿੰਡ ਜਾ ਰਹੇ ਹਾਂ ਜੀ, ਬਹੁਤ ਵਧੀਆ ਲੱਗ ਰਿਹਾ, ਬਟ ਉੱਤੋਂ ਇਹ ਵੀ ਪਤਾ ਚੱਲ ਰਿਹਾ ਕਿ ਆਪ ਸਰਕਾਰ ਨੇ ਇੱਥੇ ਕੋਈ ਵੀ ਕੰਮ ਨਹੀਂ ਕੀਤੇ ਹੈ, ਜਿਹਦਾ ਮਤਲਬ ਅਸੀਂ ਪ੍ਰਚਾਰ ਕਰ ਰਹੇ ਹਾਂ ਅਤੇ ਕਿਉਂਕਿ ਉਹਨਾਂ ਨੇ ਕੋਈ ਕੰਮ ਨਹੀਂ ਕੀਤੇ, ਕਾਂਗਰਸ ਨੂੰ ਵੱਧ ਤੋਂ ਵੱਧ ਇੱਥੇ ਜਿੱਤ ਕੇ ਵੀ ਜਾਣਾ ਚਾਹੀਦਾ ਵੋਟਾਂ ਨਾਲ। ਲੋਕਾਂ ਨੂੰ ਜੀ ਇਹੀ ਅਪੀਲ ਕਰਨਾ ਚਾਹਾਂਗੇ, ਤੁਸੀਂ 2.5 ਸਾਲ ਆਪ ਸਰਕਾਰ ਦੀ ਵਰਕਿੰਗ ਦੇਖ ਲਈ ਹੈ, ਸੂਝ ਬੂਝ ਨਾਲ ਦੇਖੋ ਤੁਹਾਡੇ ਕਿੰਨੇ ਕੰਮ ਹੋਏ ਨੇ, ਤੁਹਾਡੇ MLA ਕਦੇ ਮੈਂ ਤਾਂ ਸੁਣਿਆ ਮੁੜ ਕੇ ਵੀ ਨਹੀਂ ਆਏ, ਕੰਮ 'ਚ ਰੋਕ ਹੀ ਪਈਆਂ। ਤਾਰੀ ਕਾਂਗਰਸ ਨੂੰ ਇੱਕ ਮੌਕਾ ਦਿਓ, ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਮੌਕਾ ਦਿਓ, ਇੱਕ ਬੁਲੰਦ ਆਵਾਜ਼ ਹੈ ਉਹਨਾਂ ਨੂੰ ਪਾਰਲੀਮੈਂਟ ਤੱਕ ਪਹੁੰਚਾਓ ਜੀ। ਧੂਰੀ ਸ਼ਹਿਰ ਚ ਹਰੇਕ ਮਤਲਬ ਇੱਥੇ ਸੜਕਾਂ ਦੀ ਕਿੰਨੀ ਦੀ ਪ੍ਰੋਬਲਮ ਹੈ, ਸੀਵਰੇਜ ਨਹੀਂ ਪਏ ਅੱਧੇ ਥਾਵਾਂ 'ਚ, ਪਾਣੀ ਦੀ ਅਜੇ ਵੀ ਜੀ ਦਿੱਕਤ ਹੈ ਅਤੇ ਪੁੱਲ ਦੀ ਪ੍ਰੋਬਲਮ ਹੈ, ਅਤੇ ਆਪ CM ਭਗਵੰਤ ਮਾਨ ਜੀ ਦਾ ਗੜ ਹੈ ਜੀ, ਜੇ ਇੱਥੇ ਹੀ ਨਹੀਂ ਕੰਮ ਹੋਏ ਤਾਂ ਹੋਰ ਤਾਂ ਸੰਗਰੂਰ ਬਾਰੇ ਅਸੀਂ ਕੀ ਹੀ ਕਹੀਏ ਜੀ। ਬਹੁਤ ਵਧੀਆ ਜੀ, ਸਾਰੇ ਸਮਰਥਕ ਹੀ ਨੇ ਆਈ ਥਿੰਕ ਕਾਂਗਰਸ ਨਾਲ ਜੁੜੇ ਹੋਏ ਨੇ, ਬਹੁਤ ਹੀ ਵਧੀਆ ਹੁੰਗਾਰਾ ਮਿਲ ਰਿਹਾ। ਪਿੰਡ ਪਿੰਡ ਜਾ ਰਹੇ ਹੋ, ਕਿਸ ਤਰ੍ਹਾਂ ਦਾ ਪੂਰੇ ਹਲਕੇ 'ਚ ਘੁੰਮੇ ਹੋ, ਕਿਸ ਤਰ੍ਹਾਂ ਦਾ ਲੱਗ ਰਿਹਾ ਸੀ?
ਪਿੰਡ ਪਿੰਡ ਜਾ ਰਹੇ ਹਾਂ ਜੀ, ਬਹੁਤ ਵਧੀਆ ਲੱਗ ਰਿਹਾ, ਬਟ ਉੱਤੋਂ ਇਹ ਵੀ ਪਤਾ ਚੱਲ ਰਿਹਾ ਕਿ ਆਪ ਸਰਕਾਰ ਨੇ ਇੱਥੇ ਕੋਈ ਵੀ ਕੰਮ ਨਹੀਂ ਕੀਤੇ, ਜਿਹਦਾ ਮਤਲਬ ਅਸੀਂ ਪ੍ਰਚਾਰ ਕਰ ਰਹੇ ਹਾਂ ਅਤੇ ਕਿਉਂਕਿ ਉਹਨਾਂ ਨੇ ਕੋਈ ਕੰਮ ਨਹੀਂ ਕੀਤੇ, ਕਾਂਗਰਸ ਨੂੰ ਵੱਧ ਤੋਂ ਵੱਧ ਜੀ ਇੱਥੇ ਜਿੱਤ ਕੇ ਵੀ ਜਾਣਾ ਚਾਹੀਦਾ ਵੋਟਾਂ ਨਾਲ। ਲੋਕਾਂ ਨੂੰ ਜੀ ਇਹੀ ਅਪੀਲ ਕਰਨਾ ਚਾਹਵਾਂਗੇ, ਤੁਸੀਂ 2.5 ਸਾਲ ਆਪ ਸਰਕਾਰ ਦੀ ਵਰਕਿੰਗ ਦੇਖ ਲਈ ਹੈ, ਸੂਝਬੂਝ ਨਾਲ ਦੇਖੋ ਤੁਹਾਡੇ ਕਿੰਨੇ ਕੰਮ ਹੋਏ ਨੇ, ਤੁਹਾਡੇ MLA ਕਦੇ ਮੈਂ ਤਾਂ ਸੁਣਿਆ ਮੁੜ ਕੇ ਵੀ ਨਹੀਂ ਆਏ, ਕੰਮ 'ਚ ਰੋਕ ਹੀ ਪਈਆਂ। ਤਾਰੀ ਕਾਂਗਰਸ ਨੂੰ ਇੱਕ ਮੌਕਾ ਦਿਓ, ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਮੌਕਾ ਦਿਓ, ਇੱਕ ਬੁਲੰਦ ਆਵਾਜ਼ ਹੈ ਉਹਨਾਂ ਨੂੰ ਪਾਰਲੀਮੈਂਟ ਤੱਕ ਪਹੁੰਚਾਓ ਜੀ। ਧੂਰੀ ਸ਼ਹਿਰ 'ਚ ਹਰੇਕ ਮਤਲਬ ਇੱਥੇ ਸੜਕਾਂ ਦੀ ਕਿੰਨੀ ਦੀ ਪ੍ਰੋਬਲਮ ਹੈ, ਸੀਵਰੇਜ ਨਹੀਂ ਪਏ ਅੱਧੇ ਥਾਵਾਂ 'ਚ, ਪਾਣੀ ਦੀ ਅਜੇ ਵੀ ਜੀ ਦਿੱਕਤ ਹੈ, ਅਤੇ ਪੁੱਲ ਦੀ ਜੀ ਪ੍ਰੋਬਲਮ ਹੈ, ਅਤੇ ਆਪ CM ਭਗਵੰਤ ਮਾਨ ਜੀ ਦਾ ਗੜ੍ਹ ਹੈ ਜੀ, ਜੇ ਇੱਥੇ ਨਹੀਂ ਕੰਮ ਹੋਏ ਤਾਂ ਹੋਰ ਤਾਂ ਸੰਗਰੂਰ ਬਾਰੇ ਅਸੀਂ ਕੀ ਕਹੀਏ ਜੀ।